ਉੱਗੇ ਕਹਾਣੀਕਾਰ ਸਰਦਾਰ ਕਰਤਾਰ ਸਿੰਘ ਦੁੱਗਲ ਹੋਰਾਂ ਦੀ ਲਿਖੀ ਹੋਈ ਇੱਕ ਕਹਾਣੀ ਹੈ ਚਾਨਣੀ ਰਾਤ ਦਾ ਇੱਕ ਦੁਖਾਂਤ ਕੋਈ ਨਹੀਂ ਸੀ ਕਹਿੰਦਾ ਮਾਲਣ ਤੇ ਮਿੰਨੀ ਮਾਂ ਧੀ ਸਨ ਜਿੱਥੋਂ ਲੰਘਦਿਆਂ ਲੋਕੀ ਇਹੀ ਸਮਝਦੇ ਦੋ ਭੈਣਾਂ ਸਨ ਮਿੰਨੀ ਗੱਠ ਉੱਚੀ ਸੀ ਆਪਣੀ ਮਾਂ ਤੋਂ ਨੀ ਮਾਲਣੇ ਸਿਖਰਾਂ ਦਾ ਜੋਬਨ ਲੱਥਾਏ ਤੇ ਰੀਤੀ ਤੇ ਆਂਡਣਾ ਗਵਾਂਡਣਾ ਦੀ ਉਸ ਵੱਲ ਵੇਖ ਵੇਖ ਭੁੱਖ ਨਾ ਲੈਂਦੀ ਤੇ ਕੁੜੀ ਜਿਵੇਂ ਸੁੱਚਾ ਮੋਤੀ ਹੋਵੇ ਜਿੰਨੀ ਸੋਹਣੀ ਓਨੀ ਸੁਸ਼ੀਲ ਮਾਲਣ ਆਪਣੀ ਧੀ ਦੇ ਮੂੰਹ ਵੱਲ ਵੇਖਦੀ ਤੇ ਉਹਨੂੰ ਲੱਗਦਾ ਜਿਵੇਂ ਉੱਚੀ ਲੰਮੀ ਉਹ ਆਪ ਹੋਵੇ ਅਜੇ ਕੱਲ ਦੀ ਤੇ ਗੱਲ ਸੀ ਉਹ ਖੁਦ ਵੀ ਇੰਜ ਦੀ ਇੰਜ ਹੁਸਨ ਦੇ ਸਿਖਰ ਤੇ ਸੀ ਤੇ ਉਹ ਸੋਚਦੀ ਹੁਣ ਵੀ ਉਹਦਾ ਕੀ ਵਿਗੜਿਆ ਸੀ ਹੁਣ ਵੀ ਕੋਈ ਪਹਾੜ ਕੱਟ ਕੇ ਉਸ ਵਾਸਤੇ ਨਹਿਰ ਕੱਢਣ ਲਈ ਬੇਤਾਬ ਸੀ ਹੁਣ ਵੀ ਕੋਈ ਚਨਾ ਤਰਨ ਲਈ ਉਸ ਵਾਸਤੇ ਬੇਕਰਾਰ ਸੀ ਅਜੇ ਕੌਣ ਉਸ ਨੂੰ ਯਾਦ ਆ ਰਿਹਾ ਸੀ ਮੋਤੀਆਂ ਦਾ ਵਪਾਰੀ ਕਿਉਂ ਉਹਦੀਆਂ ਪਲਕਾਂ ਅੱਜ ਭਿਜ ਭਿਜ ਜਾਂਦੀਆਂ ਸਨ ਉਹਦੀ ਧੀ ਹੁਣ ਜਵਾਨ ਹੋ ਰਹੀ ਸੀ ਹੁਣ ਉਸ ਨੂੰ ਇਹ ਸਭ ਕੁਝ ਕਰਨਾ ਨਹੀਂ ਸੀ ਸੋਭਦਾ ساری ਉਮਰ ਸੰਭੜ ਸੰਭੜ ਤੁਰੀ ਅੱਜ ਇਹ ਕੇ ਹੋ ਜਾਏ ਵਹਿਣਾ ਵਿੱਚ ਵਹਿੰਦੀ ਜਾ ਰਹੀ ਸੀ ਨਹੀਂ ਨਹੀਂ ਅਗਲੇ ਹਫਤੇ ਮਿੰਨੀ ਆਪਣੀ ਜਾਈ ਦਾ ਉਸਨੇ ਕਾਜ ਰਚਾਉਣਾ ਸੀ ਅਜੀਹਾ ਸੋਚਣਾ ਵੀ ਗਲਤ ਹੈ ਪਾਸੋਂ ਮੇਰੀ ਪਰਮ ਪਿਆਰੀ ਇੱਕ ਪਲ ਨਾ ਵਿਸਾਰੀ ਕੱਲ ਉਸਨੇ ਚਿੱਠੀ ਲਿਖੀ ਸੀ ਹਰ ਵਾਰ ਪੁੰਨਿਆਂ ਦੀ ਰਾਤ ਨੂੰ ਉਹ ਆਉਂਦਾ ਉਹ ਨੂੰ ਇਹ ਉਂਝ ਦਾ ਉਂਝ ਹੀ ਤੋੜ ਦਿੰਦੀ ਅੱਖਾਂ ਮੀਟ ਕੇ ਆਪਣਾ ਬੂਹਾ ਭੇੜ ਲੈ ਲੀ ਪਰ ਇੱਕ ਪਲ ਵੀ ਇਸ ਨੂੰ ਉਸਨੇ ਨਹੀਂ ਵਿਸਾਰਿਆ ਸੀ ਮਾਲਣ ਉਸ ਦੀ ਜਿੰਦ ਜਾਨ ਸੀ ਇੱਕ ਛਿਣ ਉਸ ਨੂੰ ਚੈਨ ਨਹੀਂ ਸੀ ਇਹਦੇ ਬਿਨਾ ਤੇ ਸਾਰੀ ਉਮਰ ਉਸ ਕੱਟ ਲਈ ਸੀ ਏਸੇ ਦੀ ਉਡੀਕ ਵਿੱਚ ਸਹਿਕ ਸਹਿਕ ਕੇ ਤੜਫ ਤੜਫ ਕੇ কুরਲਾ কুরਲਾ ਕੇ ਸਾਰੀ ਉਮਰ ਤੇ ਹੁਣ ਪਰਸ਼ਾਵੇਂ ਟਲ ਰਹੇ ਸਨ ਤਰਕਾਲਾਂ ਪੈ ਰਹੀਆਂ ਸਨ ਭਾਵੇਂ ਕਦੋਂ ਪੰਛੀ ਉੱਡ ਜਾਵੇ ਮਾਲਣ ਸੋਚਦੀ ਅੱਜ ਰਾਤ ਉਹ ਜ਼ਰੂਰ ਆਵੇਗਾ ਸਰਦ ਪੁੰਨਿਆ ਦੀ ਰਾਤ ਉਹ ਜ਼ਰੂਰ ਇਹਦੇ ਦਰਵਾਜ਼ੇ ਨੂੰ ਠਕੋਰਦਾ ਸੀ ਸਲਾਂ ਬੱਦੀ ਠਕੋਰਦਾ ਆ ਰਿਹਾ ਸੀ ਕਦੇ ਵੀ ਤੇ ਇਸ ਨੇ ਆਪਣੇ ਦਰ ਉਸ ਲਈ ਨਹੀਂ ਖੋਲੇ ਸਨ ਤੇ ਫੇਰ ਮਾਲਣ ਨੂੰ ਕਈ ਵਰੇ ਪਹਿਲੀ ਸਰਦ ਪੁੰਨਿਆਂ ਦੀ ਉਹ ਰਾਤ ਯਾਦ ਆਉਣ ਲੱਗ ਪਈ ਜਦੋਂ ਅੰਬੀ ਨੱਚਦੀ ਦੀ ਇਹਦੀ ਚੁੰਨੀ ਉਹਦੀ ਬਾਹ ਨਾਲ ਵਲੇਟੀ ਗਈ ਸੀ ਤੇ ਸਿਰੋ ਨੰਗੀ ਇਹ ਉਹਦੇ ਸਾਹਮਣੇ ਲਿਫਟ ਲਿਫਟ ਪਈ ਸੀ ਤੇ ਫੇਰ ਉਸ ਨੇ ਇਹਦੀ ਚੁੰਨੀ ਇਹਦੇ ਮੋਢਿਆਂ ਤੇ ਆਣ ਰੱਖੀ ਸੀ ਹੈ ਇਨ ਬਿੰਨ ਉਂਝ ਆਪਣਾ ਦੁਪੱਟਾ ਅੱਜ ਇਸਨੇ ਆਪਣੇ ਮੋਢਿਆਂ ਤੇ ਰੱਖਿਆ ਹੋਇਆ ਸੀ ਮਾਲਣ ਸਿਰ ਤੋਂ ਲੈ ਕੇ ਪੈਰਾਂ ਤੱਕ ਕੰਬ ਗਈ ਸਾਹਮਣੇ ਗਲੀ ਵਿੱਚ ਮਿੰਨੀ ਆ ਰਹੀ ਸੀ ਜਿਵੇਂ ਸਰੂ ਦਾ ਬੂਟਾ ਹੋਵੇ ਉੱਚੀ ਲੰਮੀ ਤੇ ਗੋਰੀ ਹੱਥ ਲਾਇਆ ਮੈਲੀ ਹੁੰਦੀ ਮੂੰਹ ਸਰਵਲੇਟਿਆ ਹੋਇਆ ਅੱਖਾਂ ਨੀਵੀਆਂ ਪਾਈ ਮਜਾਲ ਹੈ ਕਿਸੇ ਨੇ ਉਹਦਾ ਉੱਚਾ ਬੋਲ ਵੀ ਕਦੀ ਸੁਣਿਆ ਹੋਵੇ ਮੰਦਰ ਤੋਂ ਆ ਰਹੀ ਸੀ ਰੱਬ ਸਭ ਦੀ ਮਰਜ਼ੀ ਪੂਰੀ ਕਰੇ ਤੇ ਮਾਲਣ ਆਪ ਹੀ ਆਪ ਮੁਸਕਰਾਉਣ ਲੱਗ ਪਈ ਜਿਵੇਂ ਕਿਸੇ ਦੀ ਕੋਤਕਤਾੜੀ ਨਿਕਲ ਜਾਏ ਉਹਦੇ ਮਨ ਦੀ ਕੀ ਮਰਜ਼ੀ ਮਾਂ ਅੱਬਾ ਅੱਜ ਨਹੀਂ ਆਏ ਮਿੰਨੀ ਮਾਂ ਤੋਂ ਪੁੱਛ ਰਹੀ ਸੀ ਤੇਰੇ ਅੱਬਾ ਨੇ ਅੱਜ ਨਹੀਂ ਆਉਣਾ ਉਹ ਤੇ ਕੱਲ ਵੀ ਪਹੁੰਚ ਜਾਣ ਤਾਂ ਲੱਖ ਸ਼ੁਕਰ ਆ ਕਿੰਨੀ ਸਾਰੀ ਬਜਾਜੀ ਤੇ ਕਿੰਨਾ ਸਾਰਾ ਮਾਲ ਉਸਨੇ ਖਰੀਦਣਾ ਹੈ ਵਿਆਹ ਗਾਹ ਵਿੱਚ ਚੀਜ਼ ਵੱਧ ਜਾਏ ਤਾਂ ਚੰਗੀ ਕਟ ਗਈ ਦਾ ਬਗੋਚਾ ਹੁੰਦਾ ਏ ਮਾਲਣ ਧੀ ਨੂੰ ਸਮਝਾ ਰਹੀ ਸੀ ਮਿੰਨੀ ਚੁੱਲ੍ਹੇ ਚੌਕੇ ਦੇ ਆਹਰ ਲੱਗਣ ਤੋਂ ਪਹਿਲਾਂ ਪੋਲੇ ਪੈਰੀ ਆਈ ਤੇ ਆਪਣੀ ਮੁਕੇਸ਼ ਵਾਲੀ ਚੁੰਨੀ ਮਾਂ ਦੇ ਮੋਢਿਆਂ ਤੇ ਰੱਖ ਕੇ ਉਹਦਾ ਦੁਪੱਟਾ ਲਾ ਕੇ ਲੈ ਗਈ ਕਿਤੇ ਉਹਦੀ ਰੇਸ਼ਮੀ ਚੁੰਨੀ ਮੈਲੀ ਨਾ ਹੋ ਜਾਏ ਕਿੰਨੀ ਬਰੀਕ ਤੇ ਵਧੀਆ ਮੁਕੇਸ਼ ਲਾਈ ਸੀ ਚੁੰਨੀ ਤੇ ਤਰਕਾਲਾਂ ਪੈ ਰਹੀਆਂ ਸਨ ਕੱਲ ਮੁਕੱਲੀ ਵੇੜੇ 'ਚ ਬੈਠੀ ਮਾਲਣ ਸੋਚਾਂ ਵਿੱਚ ਗੁਰੰਧ ਹੋ ਗਈ ਕਈ ਚੱਕੀ ਵਾਲੇ ਬੜਾ ਬਰੀਕ ਆਟਾ ਪੀਂਦੇ ਨੇ ਮਾਲਣ ਸੋਚਦੀ ਉਹ ਵੀ ਤੇ ਇੱਕ ਚੱਕੀ ਬੰਗਰਾਂ ਸੀ ਜਿਹੜੀ ਸਾਰੀ ਉਮਰ ਆਪਣੇ ਧੁਰੇ ਤੇ ਚਲਦੀ ਰਹੀ ਕਦੀ ਵੀ ਤੇ ਉਹਦੀ ਚਾਲ ਨਹੀਂ ਥੜਕੀ ਸੀ ਆਪਣੇ ਆਪ ਦਾ ਉਸਨੇ ਮਲੀਦਾ ਕਰ ਸੁਟਿਆ ਸੀ ਪੀ ਪੀ ਕੇ ਸੁੱਟ ਪਾਇਆ ਸੀ ਆਪਣੇ ਆਪ ਨੂੰ ਉਸਨੇ ਪੂਰੇ ਚੰਨ ਦੀ ਚਾਨਣੀ ਛਣ ਛਣ ਕੇ ਉਹਦੇ ਉੱਤੇ ਪੈਣ ਲੱਗ ਪਈ ਇਹ ਕਿਹੋ ਜਿਹਾ ਵਹਿਣਾ ਵਿੱਚ ਅੱਜ ਉਹ ਵਹਿੰਦੀ ਜਾ ਰਹੀ ਸੀ ਮਾਲਣ ਨੂੰ ਲੱਗਦਾ ਜਿਵੇਂ ਇੱਕ ਨਸ਼ਾ ਜਿਹਾ ਉਸ ਨੂੰ ਚੜ ਰਿਹਾ ਹੋਵੇ ਪੂਰੇ ਚੰਨ ਦੀ ਚਾਨਣੀ ਹਮੇਸ਼ਾ ਉਸ ਤੇ ਇੱਕ ਜਾਦੂ ਜਿਹਾ ਕਰ ਦਿੰਦੀ ਸੀ ਚਾਰ ਦਿਨਾਂ ਬਾਅਦ ਇਸ ਵੇੜੇ ਵਿੱਚ ਗੀਤ ਗਾਉਣ ਬੈਠਣਗੇ ਮਾਲਣ ਸੋਚ ਰਹੀ ਸੀ ਤੇ ਫੇਰ ਮਹਿੰਦੀ ਰਚਾਈ ਜਾਵੇਗੀ ਤੇ ਫੇਰ ਮਿੱਨੀ ਦੁਲਹਨ ਬਣੇਗੀ ਸਿਰ ਤੋਂ ਲੈ ਕੇ ਪੈਰਾਂ ਤੱਕ ਗਹਿਣਿਆਂ ਨਾਲ ਸਜੇਗੀ ਲਾਲ ਜੋੜੇ ਵਿੱਚ ਕਿਹੋ ਜੀ ਬੋਟੀ ਲੱਗੇਗੀ ਮਿੰਨੀ ਤੇ ਫੇਰ ਕੋਈ ਘੋੜੇ ਤੇ ਚੜ ਕੇ ਆਵੇਗਾ ਤੇ ਡੋਲੀ ਵਿੱਚ ਪਾ ਕੇ ਉਹਨੂੰ ਲੈ ਜਾਵੇਗਾ ਆਪਣੇ ਘਰ ਆਪਣੀ ਅਟਾਰੀ ਵਿੱਚ ਮਾਲਣ ਸੋਚਦੀ ਅਜੇ ਤਾਂ ਕੱਲ ਦੀ ਗੱਲ ਸੀ ਉਸਨੇ ਵੀ ਮਹਿੰਦੀ ਲਾਈ ਸੀ ਉਹ ਵੀ ਦੁਲਹਨ ਬਣੀ ਸੀ ਪਰ ਮਿੰਨੀ ਦੇ ਅੱਬਾ ਨੇ ਇੱਕ ਵਾਰੀ ਵੀ ਉਸ ਦੀਆਂ ਤਲੀਆਂ ਤੇ ਲੱਗੀ ਮਹਿੰਦੀ ਨੂੰ ਚੱਜ ਨਾਲ ਨਿਹਾਰਿਆ ਵੀ ਨਹੀਂ ਸੀ ਥੱਕਾ ਟੁੱਟਾ ਕੰਮ ਤੋਂ ਮੁੜਦਾ ਲੁੱਕਰ ਖਾ ਕੇ ਸੌ ਜਾਂਦਾ ਇੱਕ ਪੁੱਤਰ ਦੀ ਲਾਲਸਾ ਕਦੀ ਕਦੀ ਅੱਧੀ ਰਾਤ ਨੂੰ ਉਹਦੀ ਅੱਖ ਖੋਲ ਦਿੰਦੀ ਉਦੋਂ ਜਦੋਂ ਮਸਾ ਮਸਾ ਅਸਮਾਨ ਤੇ ਤਾਰੇ ਗੰਟਣ ਮਾਣ ਲ ਨੂੰ ਨੀਂਦਰ ਪੈਂਦੀ ਸੀ ਤੇ ਫੇਰ ਹਰ ਵਰੇ ਹਰ ਦੂਜੇ ਵਰੇ ਇਹਨਾਂ ਦੇ ਇੱਕ ਨਾ ਇੱਕ ਧੀ ਆ ਜਾਂਦੀ ਅਣਚਾਹੀਆਂ ਕੁੜੀਆਂ ਆਪ ਹੀ ਆਪ ਆਉਂਦੀਆਂ ਆਪ ਹੀ ਆਪ ਤੁਰਦੀਆਂ ਰਹੀਆਂ ਬਸ ਇੱਕ ਇਹ ਮਿੰਨੀ ਬੱਚੀ ਸੀ ਮੋਟੀਆਂ ਮੋਟੀਆਂ ਕਾਲੀਆਂ ਅੱਖਾਂ ਮਾਲਣ ਦੀਆਂ ਅੱਖਾਂ ਗੋਰੀਆਂ ਗੋਰੀਆਂ ਗੱਲਾਂ ਹੀਟ ਤਿਲ ਮਾਲਣ ਦਾ ਤਿਲ ਕਜਗਜ ਲੰਮੇ ਵਾਲ ਮਾਲਣ ਦੀ ਵਾਲ ਮਾਲਣ ਸੋਚਦੀ ਜਿਵੇਂ ਸਾਰੇ ਜੀਵਨ ਦੀ ਉਸ ਦੀ ਭੁੱਖ ਨੇ ਉਹਦੀ ਧੀ ਵਿੱਚ ਮੁਰ ਜਨਮ ਲੈ ਲਿਆ ਸੀ ਆਪਣੀ ਪੂਰਤੀ ਕਰ ਲਈ ਮਾਲਣ ਸੋਚਦੀ ਉਹਦਾ ਹੁਸਨ ਜਿਵੇਂ ਫਿਰ ਸਾਕਾਰ ਹੋ ਗਿਆ ਸੀ ਉਹਦੀ ਜਾਈ ਵਿੱਚ ਆਪਣਾ ਮੁੱਲ ਪਵਾਉਣ ਲਈ ਮਾਲ ਨੂੰ ਹਮੇਸ਼ਾ ਮਹਿਸੂਸ ਹੁੰਦਾ ਜਿਵੇਂ ਉਹਦੇ ਅੰਗ ਅੰਗ ਪੋਟੇ ਪੋਟੇ ਵਿੱਚ ਇੱਕ ਭੁੱਖ ਬਸੀ ਹੋਵੇ। ਪੂਰੇ ਚੰਦ ਦੀ ਰਾਤ ਮਾਲਣ ਤੋਂ ਕਦੀ ਕੁਝ ਖਾਦਾ ਨਹੀਂ ਸੀ ਜਾਂਦਾ। ਤੇ ਮਿੰਨੀ ਕਦੋਂ ਦੇ ਚੁੱਲ੍ਹਾ ਚੌਂਕਾ ਸਾंभ ਕੇ ਸਾਹਮਣੇ ਡਿਓੜੀ ਦੇ ਦਰਵਾਜ਼ੇ ਨੂੰ ਕੁੰਡੀ ਲਾ ਕੇ ਆਪਣੇ ਮੰਜੇ ਤੇ ਜਾ ਲੇਟੀ ਸੀ। ਰਾਤ ਵੀ ਕਿੰਨੀ ਹੋ ਗਈ। ਚੰਨ ਜਿਵੇਂ ਸਾਰੇ ਦਾ ਸਾਰਾ ਉਹਦੇ ਵੇੜੇ ਵਿੱਚ ਆ ਲੱਥਾ ਹੋਵੇ। ਰਾਤ ਠੰਡੀ ਸੀ। ਅਜੇ ਠੰਡ ਕਿੱਥੇ? ਉੰਜ ਹੀ ਸੁਖਾਵਾ ਸੁਖਾਵਾ ਪਾਲਾ ਸੀ। ਪੂਰੇ ਚੰਨ ਦੀ ਰਾਤ ਕੱਲ ਮੁਕਲਾ ਵੇੜਾ ਮਾਲਣ ਸੋਚਦੀ ਕਿਉਂ ਇੰਜ ਬੈਠੀ ਸੀ ਕਿਸ ਦੀ ਉਡੀਕ ਵਿੱਚ ਮਿੰਨੀ ਅੰਦਰ ਸੌ ਚੁੱਕੀ ਸੀ ਮਿੰਨੀ ਦੇ ਅੱਬਾ ਨੇ ਅੱਜ ਹੀ ਕਿਉਂ ਸ਼ਹਿਰ ਜਾਣਾ ਸੀ ਪੁੰਨਿਆ ਵਾਲੀ ਰਾਤ ਨੂੰ ਉਹ ਆਪਣੇ ਆਪ ਨੂੰ ਡੱਕ ਡੱਕ ਰੱਖਦੀ ਸੀ ਤੇ ਮਾਲਣ ਨੇ ਮੁਕੇਸ਼ ਪੁਰੂਚੀ ਮਿੰਨੀ ਦੀ ਸੁਚੀ ਚੁੰਨੀ ਨਾਲ ਆਪਣਾ ਮੂੰਹ ਸਰਬਲੇਟ ਲਿਆ ਚੰਨ ਚਾਨਣੀ ਵਿੱਚ ਲਿਸ਼ਕ ਲਿਸ਼ਕ ਪੈਂਦੇ ਮੁਕੇਸ਼ ਦੇ ਦਾਣੇ ਉਨੂੰ ਲੱਗਾ ਜਿਵੇਂ ਅਸਮਾਨ ਦੇ ਤਾਰੇ ਉਹਦੇ ਵਾਲਾਂ ਵਿੱਚ ਆ ਲੱਥੇ ਹੋਣ ਉਹਦੀਆਂ ਪਲਕਾਂ ਤੇ ਉਹਦੀਆਂ ਗੱਲਾਂ ਤੇ ਉਹਦੇ ਮੋਢਿਆਂ ਨਾਲ ਆ ਕੇ ਖੇਡਣ ਲੱਗ ਪੈ ਹੋ ਸਾਹਮਣੇ ਅੰਬੀ ਤੇ ਫੇਰ ਕੋਈ ਪੰਛੀ ਆ ਕੇ ਬੋਲ ਰਿਹਾ ਸੀ ਸਾਰੀ ਰਾਤ ਇਹ ਪੰਛੀ ਇੰਜ ਪੁਕਾਰਦਾ ਰਹੇਗਾ ਪੁੰਨਿਆਂ ਦੀ ਸਾਰੀ ਰਾਤ ਸਾਰੀ ਉਮਰ ਇੰਜ ਹੀ ਪੁਕਾਰਦਾ ਰਿਹਾ ਸੀ ਤੇ ਜਿਸ ਨੇ ਆਉਣਾ ਸੀ ਉਹ ਨਹੀਂ ਸੀ ਆਇਆ ਕਿੰਨਾ ਵਹਿਣਾ ਵਿੱਚ ਅੱਜ ਉਹ ਵਹਿੰਦੀ ਜਾ ਰਹੀ ਸੀ ਮਾਲਣ ਸੋਚਦੀ ਸ਼ਾਇਦ ਇਸ ਲਈ ਕਿ ਉਹ ਇਕੱਲੀ ਸੀ ਇਕੱਲੀ ਕਿਉਂ ਅੰਦਰ ਮਿੰਨੀ ਉਹਦੀ ਜਵਾਨ ਜਹਾਨ ਧੀ ਸੁੱਤੀ ਹੋਈ ਸੀ ਅਗਲੇ ਹਫ਼ਤੇ ਜਿਸ ਦਾ ਉਸਨੇ ਕਾਜਰ ਚੋਣਾ ਸੀ 7 ਦਿਨ ਹੋਰ ਤੇ ਉਹ ਚਲੀ ਜਾਏਗੀ ਤੇ ਸੋਚਦੀ ਫਿਰ ਉਹ ਇਕੱਲੀ ਰਹਿ ਜਾਵੇਗੀ ਐਡਾ ਵੱਡਾ ਵਹਿਣਾ ਤੇ ਉਹ ਇਕੱਲੀ ਮਾਲਣ ਦਾ ਅੰਗ ਅੰਗ ਲਰਜ ਗਿਆ ਇਹ ਵੇੜਾ ਉਸ ਨੂੰ ਖਾਣ ਨੂੰ ਪਿਆ ਕਰੇਗਾ। ਮਿੰਨੀ ਕਿਉਂ ਇਹਦੇ ਆਵੇਗੀ? ਉਹ ਤੇ ਆਪਣਾ ਵੇੜਾ ਵਸਾਏਗੀ। ਪਿੰਡ ਦੇ ਚੌਧਰੀ ਦੀ ਨੂੰ ਉਹ ਤੇ ਆਪਣੇ ਵੇੜੇ ਦਾ ਸ਼ਿੰਗਾਰ ਬਣੇਗੀ। ਤੇ ਮਾਲਣ ਸੋਚਦੀ ਉਹ ਇਕੱਲੀ ਰਹਿ ਜਾਵੇਗੀ, ਕੱਲ ਮੁਕੱਲੀ। ਮਿੰਨੀ ਦੇ ਅੱਬਾ ਨੇ ਸਾਰੀ ਉਮਰ ਸੂਤ ਸੌਦੇ ਵਿੱਚ ਕੱਟ ਲਈ ਸੀ। ਇੱਕ ਅਮੁੱਕ ਦੌੜ। ਘਰ ਦਾ ਮਰਦ ਸ਼ਾਮ ਨੂੰ ਹਰ ਰੋਜ਼ ਹਾਰ ਕੇ ਜਿਵੇਂ ਆਉਂਦਾ ਹੈ, ਤੇ ਬਿਹਾਲ ਹੋਇਆ ਆਪਣੀ ਮੰਜੀ ਤੇ ਢੇਰੀ ਹੋ ਜਾਂਦਾ ਸੀ। ਕਈ ਵਾਰ ਉਹ ਨੂੰ ਇਹ ਕਹਿੰਦੀ ਇੰਨਾ ਖਲਜਾ ਗਣਕਾ ਨੂੰ ਕਾਹਨੂੰ ਉਸਨੇ ਇੰਨੇ ਪਵਾੜੇ ਪਾਏ ਹੋਏ ਸਨ ਪਰ ਉਸ ਨੂੰ ਇਸ ਦੀ ਕੋਈ ਵੀ ਗੱਲ ਸਮਝ ਨਹੀਂ ਆਉਂਦੀ ਸੀ। ਮਾਲਣ ਛੱਟ ਦੇ ਛੱਟ ਲਈ ਅੰਦਰ ਕਮਰੇ ਵਿੱਚ ਗਈ। ਮਿੰਨੀ ਸੱਚਮੁੱਚ ਸੌ ਚੁੱਕੀ ਸੀ। ਅਲੜ ਜਵਾਨੀ ਦੀ ਨੀਂਦਰ ਕੋਕ ਸੁੱਤੀ ਪਈ ਸੀ। ਲਾਲ ਚੂੜੀਆਂ ਲਾ ਕੇ ਉਸਨੇ ਸਹਰਾਣੇ ਰੱਖ ਲਈਆਂ ਸਨ। ਕਿੱਥੇ ਚੂੜੀਆਂ ਧਰੀਆਂ ਸਨੋ ਨੇ ਜਿਵੇਂ ਪਾਸਾ ਪਰਤੇਗੀ ਕਿੜ ਕਿੜ ਚੂੜੀਆਂ ਟੁੱਟ ਜਾਣਗੀਆਂ ਮਾਲਣ ਨੇ ਸੋਚਿਆ ਉਹ ਚੂੜੀਆਂ ਚੁੱਕ ਕੇ ਸਾਹਮਣੇ ਕੰਸ ਉੱਤੇ ਰੱਖ ਦੇਵੇ ਪਰ ਉਸਨੇ ਤੇ ਚੂੜੀਆਂ ਨੂੰ ਪਾ ਲਿਆ ਸੀ ਕੰਸ ਤੇ ਸੰਭਾਲਣ ਦੀ ਥਾਂ ਉਸਨੇ ਚੂੜੀਆਂ ਨੂੰ ਆਪਣੀਆਂ ਕਲਾਈਆਂ ਉੱਤੇ ਸਜਾ ਲਿਆ ਸੀ 6 ਇੱਕ ਪਾਸੇ ਤੇ 6 ਦੂਜੇ ਪਾਸੇ ਲੇਸ਼ ਲੇਸ਼ ਕਰਦੀਆਂ ਚੂੜੀਆਂ ਅੱਜ ਤੇ ਕੱਲ ਹੀ ਮਿੰਨੀ ਨੇ ਗਲੀ ਵਿੱਚ ਬਹਿ ਕੇ ਚੂੜੀਆਂ ਵਾਲੇ ਤੋਂ ਚੜਾਈਆਂ ਸਨ ਤੇ ਮਾਲਣ ਮੋੜ ਬਾਹਰ ਬੇੜੇ ਵਿੱਚ ਆ ਗਈ ਸਿਰ ਤੇ ਮੁਕੇਸ਼ ਵਾਲੀ ਚੁੰਨੀ ਵੀਣੀਆਂ ਵਿੱਚ ਲਾਲ-ਲਾਲ ਚੂੜੀਆਂ ਪੂਰੇ ਚੰਨ ਦੀ ਰਾਤ ਮਾਲਣ ਨੂੰ ਲੱਗਾ ਜਿਵੇਂ ਇੱਕ ਮਸਤੀ ਜਿਹੀ ਉਹਦੇ ਅੰਗ-ਅੰਗ ਵਿੱਚ ਫੈਲਦੀ ਜਾ ਰਹੀ ਸੀ ਤੇ ਫਿਰ ਉਹਦੀ ਡਿਊਟੀ ਦਾ ਦਰਵਾਜ਼ਾ ਕਿਸੇ ਨੇ ਠਕੋ ਰਿਆ ਇਹ ਉਹੀ ਸੀ ਪੋਲੇ ਜੇ ਪੈਰੀ ਚਿਜਕਦਾ ਹੋਇਆ ਉਹੀ ਸੀ ਜਿਵੇਂ ਉਸਨੇ ਚਿੱਠੀ ਵਿੱਚ ਲਿਖਿਆ ਸੀ ਆਪਣੇ ਵਕਤ ਤੇ ਆ ਪਹੁੰਚਿਆ ਸੀ ਸਰਦ ਪੁੰਨਿਆ ਦੀ ਰਾਤ ਮੈਂ ਤੇਰਾ ਦਰਵਾਜ਼ਾ ਖਟਕਟਾਵਾਂਗਾ ਤੇਰੀ ਮਰਜ਼ੀ ਹੋਵੇ ਖੋਲ ਦੇਵੀਂ ਤੇਰੀ ਮਰਜ਼ੀ ਹੋਵੇ ਬੂਹਾ ਨਾ ਖੋਲੀਂ ਤੇਰਾ ਦਰਵਾਜ਼ਾ ਖਟਕਟਾਉਣ ਦਾ ਮੇਰਾ ਹੱਕ ਉੰਜ ਦਾ ਉੰਜ ਬਣਿਆ ਹੋਇਆ ਹੈ ਠਕ 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 ਅਤਿਅੰਤ ਮధుਰ ਪਿਆਰੀ ਜੀ ਇਹ ਦਸਤਕ ਉਸੇ ਦੀ ਸੀ ਉਹੀ ਸੀ ਚਾਨਣੀ ਰਾਤ ਦਾ ਚੋਰ ਤੇ ਇਕਦਮ ਚੰਨ ਕਣੇ ਕਾਲੇ ਬੱਦਲਾਂ ਦੇ ਓਲੇ ਹੋ ਗਿਆ ਹਨੇਰਾ ਛਾ ਗਿਆ ਸੀ ਚਾਰੇ ਪਾਸੇ ਜਿਵੇਂ ਕਿਸੇ ਨੇ ਬੱਤੀ ਬੁਝਾ ਦਿੱਤੀ ਹੋਵੇ ਬੱਦਲਾਂ ਤੇ ਬੱਦਲ ਜਿਵੇਂ ਚੜੇ ਆ ਰਹੇ ਸਨ ਤੇ ਕੁੱਪ ਉਸ ਹਨੇਰ ਵਿੱਚ ਮਾਲਣ ਦੇ ਕਦਮ ਡਿਉੜੀ ਵਲ ਤੁਰ ਪਏ ਹਨੇਰਾ ਹਨੇਰਾ ਚੱਕਰ ਚੱਕਰ ਠੰਡ ਠੰਡ ਪਸੀਨਾ ਪਸੀਨਾ ਕੰਬਦੇ ਹੋਏ ਹੱਥਾਂ ਨਾਲ ਉਸਨੇ ਕੁੰਡੀ ਖੋਲੀ ਤੇ ਆਪਣੇ ਆਪ ਨੂੰ ਉਸ ਦੀਆਂ ਬਾਹਾਂ ਵਿੱਚ ਢੇਰੀ ਕਰ ਸੁਟਿਆ 20 ਸਾਲਾਂ ਦਾ ਰੋਕਿਆ ਹੜ ਜਿਵੇਂ ਹੱਦਾਂ ਬੰਨੇ ਤੋੜ ਕੇ ਭਗ ਤੁਰਿਆ ਜਿਵੇਂ ਕੋਈ ਤੂੜੀ ਦਾ ਟੀਲਾ ਕਿਸੇ ਅੱਗ ਦੀ ਲਪੇਟ ਵਿੱਚ ਆ ਜਾਏ ਮਾਲਣ ਨੂੰ ਨਹੀਂ ਪਤਾ ਸੀ ਕਦੋਂ ਤੁਰਦੇ ਤੁਰਦੇ ਉਹ ਪਿੰਡ ਦੇ ਬਾਹਰ ਬੋੜੀ ਜਾਖ ਲੋਤੇ ਕਿੰਨਾ ਚਿਰ ਉੱਥੇ ਖਲੋਤੇ ਰਹੇ ਮਾਲਣ ਨੂੰ ਨਹੀਂ ਪਤਾ ਸੀ ਕਦੋਂ ਉਹ ਪੈੜੀ ਜਾ ਬੈਠੇ ਕਿੰਨਾ ਚਿਰ ਲੁਕੇ ਰਹੇ ਸਰਗੀ ਵੇਲੇ ਦੀ ਗੱਡੀ ਚੀਕਦੀ ਹੋਈ ਗੁਜ਼ਰ ਰਹੀ ਸੀ ਕਿ ਉਸ ਦੀ ਅੱਖ ਖੁੱਲੀ ਤੇ ਮਾਲਣ ਮਲਕੜੇ ਹੀ ਉਸ ਦੀਆਂ ਬਾਹਾਂ ਵਿੱਚੋਂ ਤਿਲਕ ਕੇ ਮੂੰਹ ਸਰਵਲੇਟੀ ਪੋਲੇ-ਪੋਲੇ ਪੈਰੀ ਆਪਣੇ ਘਰ ਮੁੜਾਈ ਚੂੜੀਆਂ ਨੂੰ ਲਾ ਕੇ ਉਸ ਨੇ ਮਿੰਨੀ ਦੇ ਸਰਾਣੇ ਰੱਖਿਆ ਉਹਦੀ ਰੇਸ਼ਮੀ ਚੁੰਨੀ ਉਹਦੀ ਮੰਜੀ ਤੇ ਸੁੱਟੀ ਤੇ ਆਪਣਾ ਦੁਪੱਟਾ ਲੈ ਕੇ ਸਾਮਣੇ ਬਿਸਤਰੇ ਵਿੱਚ ਆਪਣੇ ਪਲੰਘ ਤੇ ਆ ਕੇ ਪੈ ਗਈ ਤੇ ਉਹਦੀ ਅੱਖ ਲੱਗ ਗਈ ਇਸ ਤਰ੍ਹਾਂ ਉਹ ਕਦੇ ਨਹੀਂ ਸੀ ਸੁੱਤੀ ਜਿਵੇਂ ساری ਉਮਰ ਦਾ ਕਿਸੇ ਦਾ ਜਗਰਾਤਾ ਹੋਵੇ ਧੁੱਪਾਂ ਚੜਾਈਆਂ ਸਨ ਤੇ ਉਹਦੀ ਅੱਖ ਖੁੱਲ੍ਹੇ ਕਿਵੇਂ ਕੁੜੀਆਂ ਚਿੜੀਆਂ ਵਾਂਗ ਅੱਜ ਤੂੰ ਸੁੱਤੀ ਏ ਮਾਂ ਮਿੰਨੀ ਨੇ ਉਸ ਨੂੰ ਛੇੜਿਆ ਜਵਾਨ ਜਹਾਨ ਧੀ ਨੇ ਉਸ ਘਰ ਦੀ ਝਾੜ-ਪੂੰਝ ਚੁੱਲ੍ਹਾ ਚੌਂਕਾ ਸਭ ਖਤਮ ਕਰ ਲਿਆ ਸੀ ਨਹਾ ਧੋ ਕੇ ਉਹ ਮੰਦਰ ਜਾ ਰਹੀ ਸੀ ਮੋਤੀਏ ਦੀਆਂ ਕਲੀਆਂ ਚੁੰਨੀ ਵਿੱਚ ਬੰਨੀਆਂ ਆਪਣੇ ਇਸ਼ਟ ਨੂੰ ਪੇਂਟ ਕਰਨ ਲਈ ਮਿੰਨੀ ਅੱਖਿਓਂ ਓਲੇ ਹੋਈ ਤੇ ਮਾਲਣ ਅਲਸਾਈ ਹੋਈ ਲੱਖਾਂ ਸੁਪਨੇ پلਕਾਂ ਵਿੱਚ ਲਟਕਾਈ ਸਾਹਮਣੇ ਵਿਹੜੇ ਵਿੱਚ ਜਾ ਬੈਠੀ ਪੂਰੇ ਦੀ ਮਿੱਠੀ-ਮਿੱਠੀ ਹਵਾ ਝੁੱਲ ਰਹੀ ਸੀ ਕੋਸੀ-ਕੋਸੀ ਧੁੱਪ ਬਨੇਰੇ ਤੋਂ ਹੇਠਾਂ ਉਤਰਾਈ ਸੀ ਇੱਕ ਹਲਕਾ ਜਿਹਾ ਖੁਮਾਰ ਸੀ ਨੀ ਮਾਲਣੇ ਕਿੱਥੇ ਵੈ ਤੇਰੀ ਧੀ ਬਲਖੀ ਜਿਵੇਂ ਉਸ ਨੂੰ ਆ ਕੇ ਕਿਸੇ ਨੇ ਚਪੇੜ ਕੱਡ ਮਾਰੀ ਹੋਵੇ ਮਾਲਣ ਦਾ ਤਰਾ ਨਿਕਲ ਗਿਆ ਇਹ ਅਨਰਥ ਕਦੀ ਨਹੀਂ ਸੁਣ ਕਿਸੇ ਨੇ ਸੁਣਿਆ ਚਾਰ ਦਿਨ ਦੀ ਡੋਲੀ ਨੂੰ ਰਹਿੰਦੇ ਨੇ ਤੇ ਇਹ ਕੁੜੀ ਉੱਦਲ ਗਈ ਲਾਜੋ ਗਵੰਡਣ ਹੱਥ ਮਲਦੀ ਹੋਈ ਮਾਲਣ ਦੇ ਕੋਲ ਆ ਕੇ ਬੈਠ ਗਈ ਕੀ ਹੋਇਆ ਏ ਮੇਰੀ ਕੁੜੀ ਨੂੰ ਉਹ ਤੇ ਨਿਰੀਪੁਰੀ ਗਊ ਏ ਮਾਲਣ 扑ੜਕ ਕੇ ਅਕੂੰ ਪਈ ਤੇਰੀ ਗਊ ਕੱਲ ਸਾਰੀ ਰਾਤ ਗੰਦ ਖਾਂਦੀ ਰਹੀ ਏ ਮਾਲਣ ਨੇ ਸੁਣਿਆ ਤੇ ਉਹਦੇ ਸਾਹ ਸੁੱਕ ਗਏ ਨੀਲੀ ਪੀਲੀ ਹੋਈ ਉਹਦਾ ਅੰਗ ਅੰਗ ਜਿਵੇਂ ਮੋਲ ਰਿਆ ਹੋਵੇ ਉਧਰੋਂ ਰਾਤ ਪਈ ਤੇ ਇਹ ਕਿਸੇ ਔਂਤਰੇ ਨਾਲ ਨਿਕਲ ਗਈ ਸਾਰੀ ਰਾਤ ਤੇਰੀ ਡਿਓੜੀ ਖੁੱਲੀ ਰਹੀ ਏ ਮੈਂ ਆਪ ਇਹਨਾਂ ਅੱਖਾਂ ਨਾਲ ਵੇਖਿਆ ਡਿਓੜੀ ਦੇ ਬਾਹਰ ਕਿਸੇ ਦੇ ਕਲਾਵੇ ਵਿੱਚ ਢੇਰੀ ਹੋਈ ਪਈ ਸੀ ਤੇ ਮੈਂ ਉਂਝ ਦਾ ਉਂਝ ਬੂਹਾ ਪੇੜ ਦਿੱਤਾ ਤੇ ਫੇਰ ਇਹ ਪੋਲੇ ਪੋਲੇ ਕਦਮ ਬਾਂਹ ਵਿੱਚ ਬਾਂਹ ਪਾਈ ਬਾਹਰ ਖੇਤਾਂ ਵੱਲ ਨਿਕਲ ਗਏ ਸਾਰੀ ਰਾਤ ਮੇਰੀ ਤੇ ਅੱਖ ਨਹੀਂ ਲੱਗੀ ਧੀਆਂ ਸਭ ਦੀਆਂ ਸਾਂਝੀਆਂ ਹੁੰਦੀਆਂ ਨੇ ਇੰਜ ਕਦੀ ਅੱਗੇ ਮਾਂ ਪਿਓ ਦਾ ਕਿਸੇ ਨੇ ਮੂੰਹ ਕਾਲਾ ਨਹੀਂ ਕੀਤਾ ਇੰਜ ਕਦੀ ਕਿਸੇ ਨੇ ਆਪਣੇ ਵਡੇਰਿਆਂ ਦੀ ਪਤ ਨਹੀਂ ਲਾਹੀ ਅਸੀਂ ਤੇ ਮੂੰਹ ਦੇਣ ਜੋਗੇ ਨਹੀਂ ਰਹੇ ਕਿਤੇ ਤੇ ਲਾਜੋ ਰੋ ਰਹੀ ਸੀ ਰੋਈ ਵੀ ਜਾਂਦੀ ਤੇ ਤਲੀਆਂ ਨੂੰ ਮળે ਵੀ ਜਾਂਦੀ ਮਾਲਣ ਜਿਵੇਂ ਵੱਟੇ ਦਾ ਵੱਟਾ ਹੋਵੇ ਉਸਨੂੰ ਕੁਝ ਸੁਣਾਈ ਨਹੀਂ ਦੇ ਰਿਹਾ ਸੀ ਤੇ ਫਿਰ ਇੰਜ ਕਲਪ ਦੀ ਕਲਪ ਦੀ ਲਾਜੂ ਚਲੀ ਗਈ ਲਾਜੂ ਅਜੇ ਗਈ ਹੀ ਸੀ ਕਿ ਪਿੰਡ ਦਾ ਚੌਂਕੀਦਾਰ ਜੁਮਾ ਆ ਗਿਆ ਭਾਬੀ ਨੀ ਭਾਬੀ ਮਾਲਣੇ ਕੀ ਏ ਜੁਮਿਆ ਜਿਵੇਂ ਖੂਹ ਵਿੱਚੋਂ ਨਿਕਲੀ ਆਵਾਜ਼ ਹੋਵੇ ਮਾਲਣ ਜੁਮੇ ਚੌਂਕੀਦਾਰ ਨੂੰ ਵੇੜੇ ਵਿੱਚ ਖਲੋਤਾ ਵੇਖ ਕੇ ਸੰਭਲਣ ਲੱਗੀ ਭਾਬੀ ਗੱਲ ਕਰਨ ਵਾਲੀ ਤੇ ਨਹੀਂ ਪਰ ਕੱਲ ਰਾਤ ਦਾ ਡਾਡਾ ਜ਼ੁਲਮ ਹੋਇਆ ਏ ਇਸ ਪਿੰਡ ਵਿੱਚ ਮੈਂ ਤੇ ਵਾਰ ਚਿੱਟੇ ਕਰ ਲੈ ਚੌਂਕੀਦਾਰੀ ਕਰਦਿਆਂ ਅਜੇਹਾ ਹਨੇਰ ਮੈਂ ਕਦੀ ਨਹੀਂ ਵੇਖਿਆ ਤੇਰੀ ਧੀ ਮਿੰਨੀ ਕਿਸੇ ਨਾਲ ਬੋੜੀ ਹੀਟ ਮੂੰਹ ਕਾਲਾ ਕਰਦੀ ਰਹੀ ਐ ਰਾਤ ਚਾਨਣੀ ਸੀ ਪਰ ਬੱਦਲ ਆਖਰਾਂ ਦੇ ਚੜੇ ਹੋਏ ਸਨ ਦੋ ਵਾਰ ਮੈਂ 10 ਕਦਮਾਂ ਦੀ ਵਿੱਥ ਤੇ ਇਹਨਾਂ ਦੇ ਕੋਲੋਂ ਗੁਜ਼ਰ ਗਿਆ ਇਹਨਾਂ ਨੂੰ ਨਹੀਂ ਪਤਾ ਲੱਗਾ ਇਹ ਖਲੋਤੇ ਖਲੋਤੇ ਥੱਕ ਗਏ ਤੇ ਫੇਰ ਖੇਤ ਵਿੱਚ ਜਾ ਛੁਪੇ ਮੈਂ ਤੇ ਆ ਕੇ ਸਾਰੀ ਰਾਤ ਤੇਰੇ ਘਰ ਦੀ ਰਾਖੀ ਬੈਠਾ ਰਿਹਾ ਖੁੱਲੀ ਡਿਉੜੀ ਸੀ ਚਾਰ ਦਿਨਾਂ ਨੂੰ ਇਹਦਾ ਵਿਆਹ ਹੈ ਵਿਆਹ ਵਾਲਾ ਘਰ ਗਹਿਣੇ ਕੱਪੜੇ ਨਾਲ ਭਰਿਆ ਹੁੰਦਾ ਹੈ ਸਰਗੀ ਹੋਈ ਤੇ ਮੈਂ ਇੱਥੋਂ ਹੇਲਿਆ ਪਤਾ ਨਹੀਂ ਕਦੋਂ ਇਹ ਖੇ ਖਾ ਖਾ ਕੇ ਮੁੜੀ ਮੈਂ ਤੇ ਇਹਨੂੰ ਕੁਛੜ ਖੜਾ ਖੜਾ ਕੇ ਪਾ ਲਿਆ ਏ ਮੇਰੀ ਧੀ ਹੁੰਦੀ ਤਾਂ ਮੈਂ ਜਾਨ ਕੱਢ ਲੈਂਦਾ ਮੈਂ ਤੇ ਪਿਛਲੀ ਕੰਧ ਟੱਪ ਕੇ ਆਇਆ ਹਾਂ ਮੈਂ ਸੋਚਿਆ ਕੋਈ ਪੁੱਛੇਗਾ ਤੂੰ ਸਵੇਰੇ ਸਵੇਰੇ ਕਿੱਧਰ ਤੁਰ ਪਿਆਂ ਤੇ ਮੈਂ ਕੀ ਜਵਾਬ ਦੇਵਾਂਗਾ ਮਾਲਣ ਦੇ ਮੂੰਹ ਵਿੱਚ ਜ਼ੁਬਾਨ ਨਹੀਂ ਸੀ ਡੋਰ ਪਰ ਹੋਈ ਜੁੰਮੇ ਚੌਂਕੀਦਾਰ ਵੱਲ ਉਹ ਵੇਖ ਰਹੀ ਸੀ ਤੇ ਜੁੰਮਾ ਜਿਸ ਰਾਹ ਆਇਆ ਉਸੇ ਰਾਹ ਕੰਧ ਟੱਪ ਕੇ ਮੁੜ ਗਿਆ ਜੁੰਮਾ ਗਿਆ ਤੇ ਸਾਹਮਣੇ ਗਲੀ ਵਿੱਚੋਂ ਰਤਨਾ ਜ਼ਿਮੀਦਾਰ ਸ਼ੂਕ ਦਾ ਫੂੰਕਾਰ ਦਾ ਸਿਰ ਜਿੰਨੀ ਉੱਚੀ ਡਾਂਗ ਚੁੱਕੀ ਉਹਦੇ ਵੇੜੇ ਵਿੱਚ ਆ ਲੱਥਾ ਗੁੱਸੇ ਵਿੱਚ ਉੱਬਲ ਰਿਹਾ ਸੀ ਕਿੱਥੇ ਵੈ ਚਰੀ ਕੁੜੀ ਬੂਹੇ ਵਿੱਚੋਂ ਬੜਦਿਆ ਹੀ ਉੱਗ ਗਿਆ ਮੇਰਾ ਹੀ ਖੇਤ ਰਹਿ ਗਿਆ ਸੀ ਗੰਦ ਖਾਣ ਨੂੰ ਰਤਨਾ ਕੁੱਦ-ਕੁੱਦ ਪੈ ਰਿਹਾ ਸੀ ਇੱਕ ਜੁੱਤੀ ਲਾਉਂਦਾ ਤੇ ਇੱਕ ਪਾਉਂਦਾ ਸਾਰਾ ਮੁਹੱਲਾ ਉਸਨੇ ਇਕੱਠਾ ਕਰ ਲਿਆ ਗਵਾਂਡੀ ਬਨੇਰਿਆਂ ਉੱਤੇ ਆਣ ਖਲੋਤੇ ਸਨ ਮੈਂ ਆਪ ਆਪਣੀਆਂ ਅੱਖਾਂ ਨਾਲ ਵੇਖਿਆ ਸਰਗੀ ਵੇਲੇ ਮੈਂ ਖੂਹ ਜੋੜਨ ਜਾ ਰਿਹਾ ਸੀ ਪਹਿਲੇ ਇਹ ਨਿਕਲੀ ਮੇਰੀ ਪੈਲੀ ਵਿੱਚੋਂ ਮਕੇਸ਼ ਵਾਲੀ ਚੁੰਨੀ ਵਿੱਚ ਕੱਜੀ ਬਲੇਟੀ ਮੈਂ ਸੋਚਿਆ ਕੁੜੀ ਸ਼ਾਇਦ ਬਾਹਰ ਬਹਿਣ ਆਈ ਏ ਝਟਕੋ ਗੁਜ਼ਰਿਆ ਤੇ ਇਹਦਾ ਬੇਲੀ ਦੂਜੇ ਬੰਨਿਓ ਆ ਗਿਆ। ਕਿਉਂ ਝੂਠ ਬੋਲਦਾ ਹੈ ਚਾਚਾ? ਬਿਜਲੀ ਵਾਂ ਕੜਕ ਕੇ ਮਿੰਨੀ ਭੀੜ ਨੂੰ ચીਰਦੀ ਹੋਈ ਅੱਗੇ ਵਧੀ। ਮੰਦਰੋਂ ਮੁੜੀ, ਭੀੜ ਪਿੱਛੇ ਖਲੋਤੀ, ਉਹ ਸਭ ਕੁਝ ਸੁਣ ਰਹੀ ਸੀ। ਮੈਂ ਝੂਠ ਬੋਲਦਾ ਕਮਜਾਤੇ? ਕੁਲੱਛਣੀਏ, ਇਹ ਸੂਹੀ ਚੂੜੀ ਕਿਸ ਦੀ ਟੁੱਟੀ ਹੈ ਮੇਰੇ ਖੇਤ ਵਿੱਚ? ਤੇ ਆਪਣੀ ਚਾਦਰ ਨਾਲ ਬੰਨੀ ਲਾਲ ਚੂੜੀ ਉਸ ਮਿੰਨੀ ਦੀ ਤੜੀ ਉੱਤੇ ਰੱਖ ਦਿੱਤੀ। ਇੱਕ ਅੱਖ ਦੇ پلਕਾਰੇ ਵਿੱਚ ਮਿੰਨੀ ਨੇ ਆਪਣੀਆਂ ਕਲਾਈਆਂ ਤੇ ਚੂੜੀਆਂ ਨੂੰ ਗਿਣਿਆ 11 ਸਨ ਤੇ ਉਹ ਸਿਰ ਤੋਂ ਲੈ ਕੇ ਪੈਰਾਂ ਤੱਕ ਡਰ ਗਈ ਉਹਦੀਆਂ ਅੱਖਾਂ ਅੱਗੇ ਹਨੇਰਾ ਛਾ ਗਿਆ ਤੇ ਫੇਰ ਮੁਹੱਲੇ ਵਾਲੀਆਂ ਔਰਤਾਂ ਅੱਖਾਂ ਹੀ ਅੱਖਾਂ ਨਾਲ ਇੱਕ ਦੂਜੀ ਨੂੰ ਕਹਿਣ ਲੱਗੀਆਂ ਉਹਨਾਂ ਆਪ ਮਿੰਨੀ ਨੂੰ ਪਿਛਲੇ ਦਿਨ ਚੂੜੀਆਂ ਛੜਾਉਂਦੇ ਵੇਖਿਆ ਸੀ ਦਸਾਂ ਉੱਤੇ ਦੋ ਚੂੜੀਆਂ ਲਾਲ ਰੰਗ ਚੁਣ ਕੇ ਉਸਨੇ ਆਪ ਕਢਵਾਇਆ ਸੀ ਲੋਕਾਂ ਨਾਲ ਵਿੜਾ ਪਰ ਗਿਆ ਸੀ ਫਿਰ ਮਾਲਣ ਦਾ ਕੋੜ ਮਾਇਆ ਭੀੜ ਨੂੰ ਚੀਰਦਾ ਹੋਇਆ ਉਹਦੇ ਪਿੱਛੇ-ਪਿੱਛੇ ਮਿੰਨੀ ਦੀ ਹੋਣ ਵਾਲੀ ਸੱਸ ਸੀ ਤੇ ਉਹਨਾਂ ਨੇ ਸਾਰੇ ਉਹ ਥਾਲ ਸਾਰੇ ਉਹ ਕੱਪੜੇ ਤੇ ਸਾਰੇ ਉਹ ਨੋਟ ਤੇ ਸਾਰੀਆਂ ਉਹ ਮੁੰਦਰੀਆਂ ਮਾਲਣ ਦੇ ਅੱਗੇ ਆ ਢੇਰੀ ਕੀਤੀਆਂ ਹੱਕੇ-ਬੱਕੇ ਲੋਕ ਇੱਕ ਦੂਜੇ ਦੇ ਮੂੰਹਾਂ ਵੱਲ ਵੇਖ ਰਹੇ ਸਨ ਔਰਤਾਂ ਮੋੜ-ਮੋੜ ਕੰਨਾਂ ਨੂੰ ਹੱਥ ਲਾਉਂਦੀਆਂ ਜਵਾਨ-ਜਹਾਨ ਕੁੜੀਆਂ ਮੂੰਹ ਵਿੱਚ ਉਂਗਲੀਆਂ ਪਾਈ ਖੜੀਆਂ ਸਨ ਤੇ ਫੇਰ ਟੜੰਮ ਕਰਕੇ ਗਵਾਂਡ ਦੇ ਖੂਹ ਵਿੱਚੋਂ ਕਿਸੇ ਦੇ ਡਿੱਗਣ ਦੀ ਆਵਾਜ਼ ਆਈ ਹਰ ਕਿਸੇ ਦਾ ਉੱਤੇ ਦਾ ਸਾਹ ਉੱਤੇ ਤੇ ਹੇਠ ਦਾ ਸਾਹ ਹੇਠਾਂ ਰਹਿ ਗਿਆ ਲੋਕਾਂ ਨੇ ਅੱਗੇ ਪਿੱਛੇ ਵੇਖਿਆ ਮਾਲਣ ਦੀ ਗਊ ਵਰਗੀ ਸੁਸ਼ੀਲਤੀ ਮਿਨੀ ਕਿਤੇ ਵੀ ਨਹੀਂ ਸੀ ਉਹ ਤੀ ਜਿਸ ਦਾ ਉੱਚਾ ਬੋਲ ਕਦੀ ਕਿਸੇ ਨੇ ਨਹੀਂ ਸੀ ਸੁਣਿਆ ਸੁੱਚੇ ਮੋਤੀ ਵਰਗੀ ਜੇਰੀ ਸਵੇਰੇ ਸ਼ਾਮ ਭਗਵਾਨ ਅੱਗੇ ਹੱਥ ਜੋੜ-ਜੋੜ ਕੇ ਨਹੀਂ ਥੱਕਦੀ ਸੀ ਉਹਤੀ ਕਿਤੇ ਵੀ ਨਹੀਂ ਸੀ ਤੇ ਲੋਕੀ ਇੱਕੋ ਸਾਹੇ ਖੂਵਲ ਦੌੜ ਪਏ ਮਾਲਣ ਤਖਤੇ ਦਾ ਤਖਤਾ ਉਂਝ ਦੀ ਉਂਝ ਪਈ ਸੀ ਉਸ ਦਾ ਸੁਨਣਾ ਵੇੜਾ ਪਾਂ-ਪਾਂ ਕਰ ਰਿਹਾ ਸੀ ਆਂਢੀ ਗਵਾਂਢੀ ਮਹੱਲੇ ਵਾਲੇ ਸਾਰੇ ਲੋਕ ਖੂਵਲ ਦੌੜ ਗਏ ਸਨ ਕਿਵੇਂ ਨਾ ਕਿਵੇਂ ਉਸ ਕੁੜੀ ਨੂੰ ਮਿੰਨੀ ਨੂੰ ਬਚਾਇਆ ਜਾ ਸਕੇ